ਸਾਡੇ ਵਿਚਕਾਰ ਇਹ ਭੈਣ ਰੀਨਾ ਹਨ ਜੋ ਕਿ ਧਾਰੀਵਾਲ ਗੁਰਦਾਸਪੁਰ ਇਲਾਕੇ ਤੋਂ ਹਨ। ਇਹ ਦੱਸ ਰਹੇ ਹਨ ਇਹਨਾਂ ਦੇ ਗਲੇ ਦੇ ਵਿੱਚ ਇੱਕ ਗਿਲਟੀ ਆ ਗਈ ਸੀ। ਜਿਸ ਸਮੇਂ ਡਾਕਟਰਾਂ ਨੇ ਦਿਖਾਇਆ, ਡਾਕਟਰਾਂ ਨੇ ਕਿਹਾ ਕੁਝ ਵੀ ਹੋ ਸਕਦਾ ਹੈ, ਟਿਊਮਰ ਹੋ ਸਕਦਾ ਹੈ, ਕੈਂਸਰ ਹੋ ਸਕਦਾ, ਇਸ ਕਰਕੇ ਜਲਦੀ ਜਾਂਚ ਕੀਤੀ ਜਾਵੇ। ਇਹਨਾਂ ਨੇ ਡਾਕਟਰ ਕੋਲ ਥੋੜ੍ਹਾ ਟਾਈਮ ਮੰਗਿਆ ਅਤੇ ਉਸ ਟਾਈਮ ਦੌਰਾਨ ਪ੍ਰਾਰਥਨਾ ਕੀਤੀ। ਜਿਸ ਦਿਨ ਇਹਨਾਂ ਨੇ ਟੈਸਟ ਦੇ ਲਈ ਜਾਣਾ ਸੀ ਉਸ ਰਾਤ ਮਾਂ ਮਰੀਅਮ ਦੇ ਅੱਗੇ ਰੋਜ਼ਰੀ ਪ੍ਰਾਰਥਨਾ ਕੀਤੀ ਅਤੇ ਇਹ ਦੁਆ ਕੀਤੀ, ਪ੍ਰਭੂ ਮੈਂ ਕੱਲ੍ਹ ਟੈਸਟ ਦੇ ਲਈ ਜਾਣਾ ਹੈ, ਕੋਈ ਵੀ ਬਿਮਾਰੀ ਨਾ ਹੋਵੇ। ਪ੍ਰਭੂ ਨੇ ਇੰਨਾ ਵੱਡਾ ਚਮਤਕਾਰ ਕੀਤਾ, ਜਦੋਂ ਸਵੇਰੇ ਉੱਠੇ ਇਹਨਾਂ ਦੇ ਗਲੇ ਦੀ ਜੋ ਗਿਲਟੀ ਸੀ ਉਹ ਬਿਲਕੁਲ ਖਤਮ ਹੋ ਗਈ, ਕੋਈ ਨਿਸ਼ਾਨ ਨਹੀਂ ਰਿਹਾ। ਪ੍ਰਭੂ ਨੇ ਇਹਨਾਂ ਦੇ ਗਲੇ ਦੀ ਗਿਲਟੀ ਨੂੰ ਦੂਰ ਕੀਤਾ। ਦੂਜੀ ਗਵਾਹੀ ਆਪਣੇ ਭੈਣ ਦੇ ਬਾਰੇ ਦੇ ਰਹੇ ਹਨ। ਇਹਨਾਂ ਦੀ ਛੋਟੀ ਭੈਣ ਮਧੂ, ਜਿਹਦੇ ਬਾਰੇ ਡਾਕਟਰ ਨੇ ਕਿਹਾ ਸੀ ਉਹਨਾਂ ਦੇ ਦਿਲ ਦੇ ਵਿੱਚ ਛੇਕ ਹੈ। 3 ਮਹੀਨੇ ਪਹਿਲਾਂ ਇਹ ਟੈਸਟ ਹੋਇਆ ਸੀ, ਦੱਸਿਆ ਸੀ ਦਿਲ ਦੇ ਵਿੱਚ ਛੇਕ ਹੈ। 3 ਮਹੀਨੇ ਤੋਂ ਇਹਨਾਂ ਦੀ ਭੈਣ ਪ੍ਰਾਰਥਨਾ ਭਵਨ ਵਿੱਚ ਰਹਿ ਕੇ ਸੇਵਾ ਨਿਭਾ ਰਹੀ ਹੈ, ਪ੍ਰਾਰਥਨਾ ਕਰ ਰਹੀ ਹੈ। ਜਦੋਂ ਟੈਸਟ ਲੈ ਕੇ ਗਏ ਇਹਨਾਂ ਦੀ ਮੰਮੀ, ਇਹਨਾਂ ਦੇ ਭਰਾ ਬਹੁਤ ਡਰ ਰਹੇ ਸਨ, ਪਰ ਪ੍ਰਾਰਥਨਾ ਦੇ ਦੁਆਰਾ ਜਦੋਂ ਇਹਨਾਂ ਨੇ ਟੈਸਟ ਕਰਵਾਏ, ਇਹਨਾਂ ਦੀ ਭੈਣ ਜਿਹਨਾਂ ਦਿਲ ਵਿੱਚ ਛੇਕ ਦੱਸਿਆ ਜਾ, ਡਾਕਟਰ ਕਹਿੰਦੇ ਹੁਣ ਉਹ ਛੇਕ ਬਿਲਕੁਲ ਬੰਦ ਹੈ। 3 ਮਹੀਨੇ ਕੋਈ ਦਵਾਈ ਲੈਣ ਦੀ, ਕੋਈ ਟੈਸਟ ਕਰਾਉਣ ਦੀ ਲੋੜ ਨਹੀਂ। 3 ਮਹੀਨੇ ਬਾਅਦ ਦੇਖਾਂਗੇ ਜੇਕਰ ਟੈਸਟ ਦੀ ਲੋੜ ਪਈ, ਪਰ ਫਿਲਹਾਲ ਡਾਕਟਰਾਂ ਨੂੰ ਪੂਰਾ ਯਕੀਨ ਹੈ ਕਿ ਇਹਨਾਂ ਦੇ ਦਿਲ ਦਾ ਜੋ ਛੇਕ ਸੀ, ਇਹਨਾਂ ਦੀ ਭੈਣ ਦੇ ਦਿਲ ਦਾ ਛੇਕ, ਉਹ ਬਿਲਕੁਲ ਬੰਦ ਹੋ ਗਿਆ ਹੈ। ਪ੍ਰਭੂ ਨੂੰ ਇਹ ਪੂਰਾ ਪਰਿਵਾਰ ਮਿਲ ਕੇ ਵਡਿਆਈ ਅਤੇ ਮਹਿਮਾ ਦੇ ਰਿਹਾ। ਉਸ ਸਾਰੇ ਜੋਧਾ ਤਾੜੀ ਵਜਾ ਕੇ ਪਰਮੇਸ਼ਰ ਧੰਨਵਾਦ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ।